ਇੱਕ ਅੰਗਰੇਜ਼ ਰਾਈਟਰ ਹੋਇਆ ਏ, ਉਹਨੇ ਦੁਨੀਆ ਦਾ ਭ੍ਰਮਣ ਕੀਤਾ। ਫਿਰ ਉਹਨੇ ਕਿਤਾਬ ਲਿਖੀ ਵੀ ਸਭ ਤੋਂ ਦਲੇਰ ਕੌਮ ਕਿਹੜੀ ਆ। ਉਹਦੇ ਵਿੱਚ ਉਹਨੇ ਲਿਖਤਾ ਮਰਹੱਟੇ, ਇਹ ਮਰਦੇ ਜਾਂਦੇ ਪਰ ਹਟਦੇ ਨਹੀਂ। ਕਿਤਾਬ ਤਿਆਰ ਹੋ ਗਈ ਤੇ ਚੱਲਦਾ ਚੱਲਦਾ ਕਿਤੇ ਕਿਸਮਤ ਚੰਗੀ ਸੀ, ਹਰਿਮੰਦਰ ਸਾਹਿਬ ਆ ਗਿਆ ਆਖੋ ਸਤਨਾਮ। ਤੇ ਜਦੋਂ ਉਹਨੇ ਪ੍ਰਸ਼ਾਦਾ ਛਕਿਆ ਤੇ ਦੁੱਖ ਭੰਜਣੀ ਬੇਰੀ ਦੇ ਕੀਤੇ ਦਰਸ਼ਨ ਤੇ ਲੱਗਾ ਪਰਿਕਰਮਾ ਕਰਨ, ਅੱਗੇ ਬਾਪੂ ਖੰਡਾ ਲੈ ਕੇ ਖੜੋਤਾ, ਕਹਿੰਦਾ ਇਹ ਕੌਣ ਹੈ? ਗੋਰਾ ਕਹਿੰਦਾ ਇਹ ਕੌਣ ਹੈ? ਉੱਥੇ ਇੰਗਲਿਸ਼, ਹਿੰਦੀ ਤੇ ਪੰਜਾਬੀ ਚ ਇਤਿਹਾਸ ਆ। ਜਦੋਂ ਗੋਰੇ ਨੇ ਇਤਿਹਾਸ ਪੜ੍ਹਿਆ ਤੇ ਉਹਦੀ ਡਾਇਰੀ ਛੁੱਟ ਗਈ। ਕਹਿੰਦਾ ਮੈਂ ਗਲਤ ਲਿਖਤਾ, ਮੈਂ ਇਹ ਲਿਖ ਬੈਠਾ ਇਹ ਸਭ ਤੋਂ ਦਲੇਰ ਕੌਮ ਮਰਹੱਟੇ ਆ, ਜਿਹੜੇ ਮਰਤੇ ਜਾਂਦੇ ਪਛਾਣ ਹੀ ਹਟਦੇ। ਕਹਿੰਦੇ ਅੱਜ ਪਤਾ ਲੱਗਾ ਓਏ, ਗੁਰੂ ਗੋਬਿੰਦ ਸਿੰਘ ਦਾ ਖਾਲਸਾ ਜਿਹੜਾ ਮਰਨ ਤੋਂ ਬਾਅਦ ਵੀ ਨਹੀਂ ਹਟਦਾ। ਆਖੋ ਸਤਨਾਮ। ਲੱਥੇ ਸਿਰ ਤੋਂ 13 ਮੀਲ ਤੁਰ ਕੇ ਗਏ, ਕਹਿੰਦਾ ਦੁਨੀਆ ਦੀ ਸਭ ਤੋਂ ਦਲੇਰ ਸਭ ਤੋਂ ਮਰਦ ਕੌਮ ਹੈ ਗੁਰੂ ਗੋਬਿੰਦ ਸਿੰਘ ਦਾ ਖਾਲਸਾ। ਜਿਹੜੇ ਲੱਥੇ ਸਿਰ ਤੋਂ ਤੁਰ ਗਏ, ਮੇਰਾ ਸਿਰ ਝੁਕਦਾ ਇਹਨਾਂ ਅੱਗੇ। ਸੋ ਭਾਗਾਂ ਵਾਲਿਓ,